ਜਿਹੜਾ ਦੁਨੀਆ ਦੇ ਜਿੰਨਾ ਜਸਵਿੰਦਰ ਸਿੰਘ ਲੌਂਗੋਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਅੱਜ ਜਿਹੜਾ ਅਸੀਂ ਏਕਤਾ ਗਰਾਊਂਡ ਦੇ ਵਿੱਚ ਇਹ ਧਰਨਾ ਹੈ ਉਹ ਸ਼ੁਰੂ ਕੀਤਾ ਹੋਇਆ ਹੈ। ਇਸ ਤਰ੍ਹਾਂ ਦੇ ਦੋ ਧਰਨੇ ਲੱਗੇ ਹੋਏ ਆ ਪੰਜਾਬ ਦੇ ਵਿੱਚ, ਇੱਕ ਤਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜਿਹਨੇ ਸਾਡੇ ਨਾਲ ਵਾਅਦਾ ਕੀਤਾ ਸੀ ਪੰਜਾਬ ਦੀ ਰਾਜ ਸੱਤਾ ਨੂੰ ਹਾਸਲ ਕਰਨ ਵਾਸਤੇ ਕਿ ਮੈਨੂੰ ਵੋਟਾਂ ਪਾ ਦਿਓ, ਮੈਂ ਤੁਹਾਡੇ ਜਿਹੜੇ ਕਿਸਾਨਾਂ ਦੇ ਕਰਜ਼ੇ ਹੈ ਆੜ੍ਹਤੀਆਂ ਦੇ ਵੀ ਬੈਂਕਾਂ ਦੇ ਵੀ ਹੋਰ ਕੋਪਰੇਟ ਸੋਸਾਇਟੀਆਂ ਦੇ ਉਹ ਵੀ ਖਤਮ ਕਰ ਦੇਊਂਗਾ। ਕਿਸਾਨਾਂ ਨੂੰ ਖੁਦਕੁਸ਼ੀਆਂ ਨਹੀਂ ਕਰਨੀਆਂ ਪੈਣੀਆਂ, ਜਿਹੜੇ ਬੇਰੁਜ਼ਗਾਰ ਮੁੰਡੇ ਹੈ ਉਹਨਾਂ ਨੂੰ ਰੁਜ਼ਗਾਰ ਦੇਵਾਂਗੇ, 2500 ਰੁਪਇਆ ਬੁਢਾਪਾ ਪੈਨਸ਼ਨ ਦੇਵਾਂਗੇ, ਜਿਹੜੇ ਬੇਰੁਜ਼ਗਾਰ ਮੁੰਡੇ ਫਿਰ ਵੀ ਰਹਿ ਜਾਣਗੇ ਉਹਨੂੰ ਬੇਰੁਜ਼ਗਾਰੀ ਭੱਤਾ ਦੇਵਾਂਗੇ। ਕਹਿਣ ਦਾ ਭਾਵ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਲੈਣ ਦੇ ਮਾਰੇ ਨੇ ਗੁੜਕਾ ਸਾਹਿਬ ਨੂੰ ਚੁੱਕ ਕੇ ਉਹ ਜਿਹੜੀਆਂ ਸਾਹਾਂ ਖਾਧੀਆਂ ਉਹ ਅੱਜ ਝੂਠੀਆਂ ਸਾਬਤ ਹੋ ਰਹੀਆਂ ਨੇ। ਕਿਸਾਨਾਂ ਮਜ਼ਦੂਰਾਂ ਦੀਆਂ ਲਗਾਤਾਰ ਖੁਦਕੁਸ਼ੀਆਂ ਵੱਧ ਰਹੀਆਂ ਨੇ। ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਪੰਜਾਬ ਸਰਕਾਰ ਨੂੰ ਘੇਰਨ ਦੇ ਲਈ ਉਹਦੇ ਸ਼ਹਿਰ ਪਟਿਆਲਾ ਦੇ ਵਿੱਚ ਇੱਕ ਮੋਰਚਾ ਲਾਇਆ ਹੈ, ਦੂਜਾ ਮੋਰਚਾ ਅਸੀਂ ਬਾਦਲ ਪਿੰਡ ਦੇ ਵਿੱਚ ਲਾਇਆ ਹੈ, ਉਹ ਮੋਰਚਾ ਵੀ ਲਗਾਤਾਰ ਕੱਲ੍ਹ ਤੋਂ ਚੱਲ ਰਿਹਾ ਹੈ, ਜਿਹੜਾ ਕੇਂਦਰ ਦੀਆਂ ਮੰਗਾਂ ਨਾਲ ਸੰਬੰਧਿਤ ਹੈ, ਜਿਹੜਾ ਸੁਖਬੀਰ ਬਾਦਲ ਦੇ ਬਾਰ ਦੇ ਮੂਹਰੇ ਵੀ ਲੱਗਿਆ ਹੋਇਆ ਮੋਰਚਾ ਹੈ। ਕਿਉਂਕਿ ਅਸੀਂ ਸਮਝਦੇ ਹਾਂ ਕਿ ਭਾਵੇਂ ਕੋਈ ਵੀ ਪਾਰਟੀ ਹੈ ਜਿਹੜੀ ਰਾਜ ਕਰਦੀ ਹੈ ਸਾਡੇ ਤੇ ਉਹ ਸਾਡੇ ਨਾਲ ਵਾਅਦੇ ਕਰ ਲੈਂਦੀ ਹੈ ਪਰ ਵਾਅਦਿਆਂ ਦੇ ਉੱਤੇ ਖਰੀ ਨਹੀਂ ਉਤਰਦੀ, ਮੁੱਕਰ ਜਾਂਦੀ ਹੈ। ਭਾਵੇਂ ਕੇਂਦਰ ਦੀ ਮੋਦੀ ਸਰਕਾਰ ਹੋਵੇ ਜਾਂ ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਹੋਵੇ, ਸੋ ਪੰਜਾਬ ਦੇ ਲੋਕ ਅੱਕੇ ਖੜੇ ਆ ਦੋਨਾਂ ਸਰਕਾਰਾਂ ਤੋਂ। ਰੋਸ ਵਜੋਂ ਆਪਦੀਆਂ ਮੰਗਾਂ ਨੂੰ ਲੈ ਕੇ 6 ਦਿਨਾਂ ਦਾ ਮੋਰਚਾ ਪਟਿਆਲੇ ਤੇ ਬਾਦਲ ਪਿੰਡ ਦੇ ਵਿੱਚ ਲੱਗਿਆ ਹੋਇਆ, ਇਹਨੂੰ ਅਸੀਂ ਸਫਲ ਕਰਨ ਲਈ ਦਿਨ ਰਾਤ ਇੱਕ ਕਰ ਦੇਵਾਂਗੇ। ਜੇ ਸਰਕਾਰ ਫੇਰ ਵੀ ਟਸ ਤੋਂ ਮਸ ਨਹੀਂ ਹੁੰਦੀ ਤਾਂ ਆਉਂਦੇ ਦਿਨਾਂ ਦੇ ਵਿੱਚ ਵੱਡਾ ਅੰਦੋਲਨ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਖੜਾ ਕਰਾਂਗੇ। ਰਾਜੇਵਾਲ ਤੇ ਡਕੌਂਦਾ ਇਹ ਦੋਨੋਂ ਪਾਰਟੀਆਂ ਸਾਥ ਨੇ ਜਾਂ ਨਹੀਂ? ਇਹ ਸਿਰਫ ਇਕੱਲੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਦੋ ਮੋਰਚੇ ਲੱਗੇ ਨੇ ਪੰਜਾਬ ਦੇ ਵਿੱਚ, ਹੋਰ ਕੋਈ ਜਥੇਬੰਦੀ ਸਾਡੇ ਨਾਲ ਸ਼ਾਮਲ ਨਹੀਂ ਹੈ। ਆਉਂਦੇ ਦਿਨਾਂ ਦੇ ਵਿੱਚ ਆਸ ਕਰਾਂਗੇ ਕਿ ਪੰਜਾਬ ਦੀਆਂ ਲੋਕਾਂ ਦੇ ਹਿੱਤਾਂ ਵਿੱਚ ਲੜਨ ਵਾਲੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਲੜਨ, ਕਿਉਂਕਿ ਵੱਡੀਆਂ ਮੰਗਾਂ ਦੇਸ਼ ਪੱਧਰੀਆਂ ਪੰਜਾਬ ਪੱਧਰੀਆਂ ਬਣੀਆਂ ਸਾਡੇ ਸਾਹਮਣੇ ਦਿਖਾਈ ਦੇ ਰਹੀਆਂ ਨੇ। ਪਿੰਡਾਂ ਦੇ ਵਿੱਚ ਬੈਨਰ ਲਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਰਾਜਨੀਤਿਕ ਬੰਦੇ ਪਿੰਡਾਂ 'ਚ ਨਾ ਵੜਨ, ਔਰ ਜਿਹੜੇ ਪਿੰਡਾਂ ਵਾਲੇ ਹੀ ਨੇ ਰਾਜਨੀਤਿਕ ਨਾਲ ਜੁੜੇ ਹੋਏ ਉਹਨਾਂ ਬਾਰੇ ਕੀ ਖਿਆਲ ਆ? ਜਿੱਥੋਂ ਤੱਕ ਸਵਾਲ ਹੈ ਵੀਰ ਜੀ ਤੁਹਾਡਾ, ਇਹ ਅਸੀਂ 25 ਤੋਂ ਲੈ ਕੇ 29 ਤੱਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਿੱਤੇ ਹੋਏ MLA ਨੂੰ ਉਹਨਾਂ ਦੇ ਹੋਰ ਲੀਡਰਾਂ ਨੂੰ ਸਵਾਲ ਜਵਾਬ ਕਰਨਾ ਤੇ ਪਿੰਡਾਂ 'ਚ ਵੜਨ ਤੋਂ ਰੋਕਣ ਦਾ ਫੈਸਲਾ ਕੀਤਾ ਸੀ। ਉਹਦੇ 'ਚ ਚਾਹੇ ਕੋਈ ਪਿੰਡ ਦਾ ਮੁਤਬਰ ਹੈ ਜਿਹੜਾ ਕਾਂਗਰਸ ਪਾਰਟੀ ਨਾਲ ਅਕਾਲੀ ਦਲ ਨਾਲ, ਉਹਨਾਂ ਨੂੰ ਵੀ ਸਵਾਲ ਜਵਾਬ ਕੀਤੇ ਆ ਪੰਜਾਬ ਦੇ ਵਿੱਚ, ਭਾਵੇਂ ਆਮ ਆਦਮੀ ਪਾਰਟੀ ਵਾਲੇ। ਕੇਂਦਰੀ ਖੇਤੀਬਾੜੀ ਮੰਤਰੀ ਨੇ ਆਪਣਾ ਇੱਕ ਵਫਦ ਬੁਲਾਇਆ ਸੀਗਾ, ਤੁਹਾਨੂੰ ਕੀ ਲੱਗਦਾ ਹੈ? ਉਹ ਕਹਿੰਦੇ ਕਿਸਾਨਾਂ ਨੂੰ ਗੱਲ ਸਮਝ ਨਹੀਂ ਆ ਰਹੀ ਜੋ ਅਸੀਂ ਕਹਿਣਾ ਚਾਹੁੰਦੇ ਹਾਂ। ਅਸਲ ਵਿੱਚ ਕੀ ਹੈ, ਮੋਦੀ ਦੀ ਸਰਕਾਰ ਹੈ ਇਕੱਲਾ ਇਹ ਖੇਤੀਬਾੜੀ ਆਰਡੀਨੈਂਸਾਂ ਨਾਲ ਸੰਬੰਧਿਤ ਨਹੀਂ, ਉਹਨੇ ਜਿੰਨੇ ਵੀ ਫੈਸਲੇ ਲਏ ਹੈ, ਨੋਟਬੰਦੀ ਦਾ ਮੁੱਦਾ ਹੋਵੇ, ਕਸ਼ਮੀਰ ਦੇ ਵਿੱਚ ਧਾਰਾ 35A ਤੇ 370 ਨੂੰ ਤੋੜਨ ਦਾ ਮਸਲਾ ਹੋਵੇ, ਜਾਂ GST ਨੂੰ ਲਾਗੂ ਕਰਨ ਦਾ ਮਸਲਾ ਹੋਵੇ, ਉਹ ਸਿਰਫ ਲੋਕਾਂ ਦੇ ਨਾਲ ਧੋਖਾ ਕਮਾ ਰਹੀ ਹੈ, ਗਮਰਾਹ ਕਰ ਰਹੀ ਹੈ। ਜੇ ਇਹ ਖੇਤੀਬਾੜੀ ਆਰਡੀਨੈਂਸ ਜਾਰੀ ਹੋ ਜਾਂਦੇ ਨੇ ਤਾਂ ਕਿਸਾਨ ਮਜ਼ਦੂਰ ਤੇ ਆਮ ਲੋਕ ਨੇ ਜਿਹੜੇ